ਫਿਰ ਉਹੀ ਗੱਲ ਕਰ ਦਿੰਦੇ ਹਾਂ ਨਾ ਜੀ ਇਹ 99 ਦਾ ਕਿੱਥੋਂ ਮੈਂ ਤੁਸੀਂ ਧਿਆਨ ਨਾਲ ਦੇਖੋ 99 ਦਾ ਲੱਗ ਰਿਹਾ ਤੁਹਾਨੂੰ ਇਹ 200 पूरी जबरदस्त होगी भी अपनी वीडियो शेयर करके आऊंगा भाई मतलब वीडियो शेयर करके आया मैं दस की कहना जी मेरी वीडियो देखी है भी तेरी वीडियो देखी है दस की कहना है ठीक है सुन मैं एक चीज होर दस जिम्मे कह देने भी भाई तेरी वीडियो शेयर करके आया दस की करी तू है नहीं कहते भाई बिल्कुल सर बिल्कुल मेरे जेपी का ना जे तुसी ब्याज पता करोगे एदी MRP 210 रुपये है 200 रुपये दे रही कस्टमर नू ओही दा गल है जी आपां नू जिहड़ी अपनी वीडियो शेयर करके आऊगा हुण तां देखो हैगा 200 रुपये दा ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਉਹ ਆਪਾਂ ਨੂੰ 99 ਦੇ ਦੇਵਾਂਗੇ 100 ਰੁਪਏ ਦੇ ਸਰ ਕਰ ਕੀ ਰਹੇ ਹੋ ਤੁਸੀਂ ਉਹ ਜੀ ਤੁਸੀਂ ਗੱਲ ਸਰ ਲੋਕਾਂ ਦੇ ਲਾਈਨ ਲਾ ਦੇਣੀ ਸ਼ੇਅਰ ਕਰ ਕਰਕੇ ਕਿਤੇ ਨਹੀਂ ਜੀ ਆਪਾਂ 99 ਦੇ ਹੀ ਦੇਵਾਂਗੇ हाँ जी अंकल जी तुसी साड़ी दुकान ते आए हो कि साड़ी ऐड देख के सुनो साड़े सारा सिस्टम किवें लग्या समान किवें लग्या जी बहुत वधी बड़े खुश होया मन बहुत सस्ता इन्ना वधिया समान लग्या सानू कि असी हजे भी साढ़े कोल मोटरसाइकिल भी होर भी चक्कर नू तैयार सी ठीक है जी ते केड़ा पिंड अंकल जी अपना जी साडा पिंड मैलकला जी अच्छा मैलकला तो स्पेशल आए हो साड़े कोल जी स्पेशल ठीक है जी बाकी आसे पासे वालों जरूर दस्यो ठीक है जी हाँ जी चीजा साडे कोल सोने देख ही लीती कि ਕਿਨੀਆਂ ਬਹੁਤ ਨੇ ਵਾਧੂ ਆਈ ਸਰ ਮੈਨੂੰ ਇਹ ਦੱਸ ਦੋ ਮੈਂ ਕਿਹਾ ਬਹੁਤ ਲੈ ਲਈਆਂ ਜੀ ਹੁਣ ਹੋਰ ਵੀ ਲੈ ਕੇ ਜਾਵਾਂਗੇ ਬਹੁਤ ਵਧੀਆ ਲੱਗਿਆ ਸਸਤਾ ਪਿਆ ਠੀਕ ਹੈ ਜੀ ਧੰਨਵਾਦ ਯਾਰ ਨਾਲੋਂ ਬਹੁਤ ਸਸਤਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਵੀਰ ਜੀ ਕਿਹੜੇ ਪਿੰਡ ਤੋਂ ਆਏ ਸੀ ਜੀ ਆਪਾਂ ਅੱਛਾ ਜੀ ਆ ਸਾਡੀ ਐਡ ਦੇਖ ਕੇ ਆਏ ਸੀਗੇ ਜੀ ਤੁਸੀਂ ਸਾਡੀ ਵੈਰਾਈਟੀ ਕਿਵੇਂ ਲੱਗੀ ਜੀ ਤੁਹਾਨੂੰ ਸਾਰੀ ਵਧੀਆ ਲੱਗੀ ਜੀ ਕਿੰਨੇ ਵੀ ਤੁਸੀਂ ਜਿਵੇਂ ਆਈਟਮਾਂ ਦੇਖੀਆਂ ਨੇ ਸਾਡੀ ਆਈਟਮਾਂ ਤੁਹਾਨੂੰ ਕਿਵੇਂ ਲੱਗੀਆਂ ਸਾਰੀਆਂ ਕੋਈ ਰੇਟ ਕੋਈ ਗੱਲਬਾਤ ਤੁਹਾਨੂੰ ਕੋਈ ਐਂ ਤਾਂ ਨਹੀਂ ਲੱਗਿਆ ਹੈਗਾ ਜੀ ਵੀ ਕੋਈ ਉਹ ਹੈ ਕੋਈ ਕੰਪਰੋਮਾਈਜ਼ ਅਸੀਂ ਫੁੱਲ ਕੀਤਾ ਨਾ ਜੀ ਤੁਹਾਡੇ ਨਾਲ ਠੀਕ ਹੈ ਜੀ ਠੀਕ ਹੈ ਜੀ ਵੀਰੇ ਧੰਨਵਾਦ ਜੀ ਅੰਕਲ ਜੀ ਤੁਸੀਂ ਸਾਡੇ ਬਰਨਾਲਾ 99 ਸਟੋਰ ਤੇ ਆਏ ਹੋਗੇ ਸਾਡੀ ਐਡ ਦੇਖ ਕੇ ਸਾਨੂੰ ਤੁਹਾਨੂੰ ਸਾਡਾ ਸਾਰਾ ਮਟੀਰੀਅਲ ਕਿਵੇਂ ਲੱਗਿਆ ਸਾਰੀ ਕੁਆਲਿਟੀ ਕਿਵੇਂ ਲੱਗੀ ਜੀ ਭਾਈ ਤੁਹਾਡੀ ਵੀਡੀਓ ਦੇਖ ਕੇ ਆਏ ਸੀਗੇ ਠੀਕ ਹੈ ਜੀ ਸਾਨੂੰ ਵਧੀਆ ਲੱਗਿਆ ਸਮਾਨ ਠੀਕ ਹੈ ਜੀ ਉਸ ਤੋਂ ਬਾਅਦ ਖਰੀਦ ਕੇ ਵੀ ਲੈ ਕੇ ਗਏ ਆ ਠੀਕ ਹੈ ਜੀ ਤੇ ਉਹ ਕੁਆਲਿਟੀ ਕਿਵੇਂ ਲੱਗੀ ਸਾਡੇ ਸਾਰੇ ਸਿਸਟਮ ਅੱਛਾ ਕਿੱਥੇ ਕਿਹੜਾ ਪਿੰਡ ਹੈ ਜੀ ਆਪਣਾ ਜੀ ਮੂਮ ਆਏ ਹਾਂ ਅੱਛਾ ਸਪੈਸ਼ਲ ਆਏ ਹੋ ਜੀ ਤੁਸੀਂ ਸਪੈਸ਼ਲ ਹੀ ਠੀਕ ਹੈ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਸਾਡੀ ਦੁਕਾਨ ਤੇ ਵਿਜ਼ਿਟ ਕੀਤਾ ਹੈਗਾ ਵੀ ਸਾਡੀ ਐਡ ਦੇਖ ਕੇ ਤੁਹਾਨੂੰ ਸਾਡਾ ਕਿਵੇਂ ਲੱਗਿਆ ਮਟੀਰੀਅਲ ਸਾਰਾ ਕੀ ਧੰਨਵਾਦ ਸਤਿ ਸ਼੍ਰੀ ਅਕਾਲ ਆਦਾਬ ਤੁਹਾਡੀ ਸੇਵਾ ਦੇ ਵਿੱਚ ਬਰਨਾਲਾ 99 ਫੇਰ ਹਾਜ਼ਰ ਹੈ ਜੀ ਅੱਜ ਸੀਗਾ ਜੀ ਮੇਰੇ ਕੋਲ ਆਈਟਮ ਆਈਆਂ ਸੀ ਨਵੀਆਂ ਦਿਵਾਲੀ ਕਰਕੇ ਬਹੁਤ ਸੋਹਣੀਆਂ ਆਈਟਮ ਆਈਆਂ ਸੀਗੀਆਂ ਮੇਰਾ ਮਨ ਸੀ ਮੈਂ ਕਿਹਾ ਚਲੋ ਮੈਂ ਦਿਖਾ ਦਾਂ ਤੁਹਾਨੂੰ ਕੀ ਕੀ ਕੁਛ ਆਈਆਂ ਦਿਵਾਲੀ ਆਫਰ ਆਈ ਆ ਸਾਡੇ ਕੋਲ ਦਿਵਾਲੀ ਆਫਰ ਆ ਗਈ ਜੀ ਹਾਂਜੀ ਹਾਂਜੀ ਦਿਵਾਲੀ ਆਫਰ ਆ ਇੱਕ ਚੀਜ਼ ਹੋਰ ਦੱਸਦਾ ਵੀਰੇ ਸਾਡੇ ਕੋਲ ਜਿਹੜੀ ਅਸੀਂ ਆਈਟਮਾਂ ਦਵਾਂਗੇ ਤੁਹਾਨੂੰ ਗਿਫਟ ਵਾਲੀਆਂ ਜਿਵੇਂ ਕੋਈ ਫੈਕਟਰੀ ਵਾਲੇ ਨੇ ਲੈ ਕੇ ਜਾਣੀਆਂ ਕੋਈ ਕਿਸੇ ਨੇ ਕੋਈ ਕਾਲਜ ਵਾਸਤੇ ਲੈ ਕੇ ਜਾਣੀ ਆ ਕੋਈ ਸਕੂਲ ਵਾਸਤੇ ਲੈ ਕੇ ਜਾਂਦਾ ਕੋਈ ਟੀਚਰ ਨੂੰ ਗਿਫਟ ਕਰਦੇ ਆ ਕੋਈ ਕਿਵੇਂ ਕਰਦਾ ਵੀ ਹਰ ਕੋਈ ਜਿੰਨੀਆਂ ਮਰਜ਼ੀ ਲੈ ਕੇ ਜਾ ਸਕਦਾ ਕਿਸੇ ਨੇ 30 ਚਾਹੀਦੀਆਂ 40 ਚਾਹੀਦੀਆਂ ਨੇ 100 ਚਾਹੀਦਾ ਗਿਫਟ 200 ਚਾਹੀਦਾ 500 ਚਾਹੀਦਾ ਸਾਡੇ ਕੋਲ ਹਰ ਇੱਕ ਚੀਜ਼ ਅਵੇਲੇਬਲ ਆ ਗਈ ਔਰ ਦੂਸਰੀ ਗੱਲ 99 ਦੇ ਵਿੱਚ ਦਵਾਂਗੇ ਵੀਰੇ ਠੀਕ ਹੈ ਜੀ 99 ਦੇ ਵਿੱਚ ਦਵਾਂਗੇ ਤੁਹਾਨੂੰ ਆਈਟਮਾਂ ਦਿਖਾ ਰਹੇ ਜੀ ਦੇਖੋ ਫਿਰ ਜੀ ਸਾਡੇ ਕੋਲ ਇਹ ਵਾਲੀ ਆਈਟਮ ਆ ਗਈ ਜੀ ਠੀਕ ਹੈ ਜੀ 99 ਦੇ ਵਿੱਚ ਆ ਦੋ ਕੱਪ ਨੇ ਨਾਲ ਟ੍ਰੇ ਆ ਜਿਵੇਂ ਕੋਈ ਡਰਾਈ ਫਰੂਟ ਪਾਉਣਾ ਕਈ ਵਾਰ ਕੁਝ ਹੋਰ ਕਰਨਾ ਜੀ 99 ਦੇ ਵਿੱਚ ਦਮਾਂ ਸਰ 99 ਕਹਿ ਰਹੇ ਤੁਸੀਂ ਹਾਂਜੀ 99 ਦੇ ਵਿੱਚ ਦਮਾਂਗੇ ਵੀਰੇ ਬਹੁਤ ਸੋਹਣੀਆਂ ਆਈਟਮਾਂ ਨੇਗੀਆਂ ਜੀ ਸਿਰਾ ਚੀਜ਼ ਹੋਊਗੀ ਪੂਰੀ ਏ ਕਲਾਸ ਚੀਜ਼ ਹੋਊਗੀ ਜੀ ਔਰ ਕੱਲਾ ਬਰਨਾਲਾ 99 ਦੇ ਅਵੇਲੇਬਲ ਮਿਲੂਗੀ ਹੋਰ ਕਿਤੇ ਨਹੀਂ ਮਿਲਦੀ ਤੁਹਾਨੂੰ ਜੀ ਸਰ ਇਹ ਅਸੀਂ ਉਹੀ ਦਵਾਂਗੇ ਜੀ ਜੀ ਠੀਕ ਹੈ ਜੀ ਸਾਡੇ ਕੋਲ ਇਹ ਆ ਗਈ ਇੱਕ ਟ੍ਰੇ ਆ ਗਈ ਠੀਕ ਹੈ ਜੀ ਕਸਟਮਰ ਦੀ ਡਿਮਾਂਡ ਸੀਗੀ ਵੀ ਸਾਨੂੰ ਗਿਫਟ ਵਾਲੀ ਆਈਟਮ ਸਾਨੂੰ ਵਧੀਆ ਚਾਹੀਦੀਆਂ ਨੇ ਜੀ ਸਰ ਵਧੀਆ ਹੀ ਦਵਾਂਗੇ 99 ਦੇ ਵਿੱਚ ਹੀ ਦਵਾਂਗੇ ਜੀ ਵਾਹ ਜੀ ਵਾਹ ਠੀਕ ਹੈ ਜੀ ਦੂਸਰੀ ਗੱਲ ਇਹਦਾ ਸਾਰਾ ਫਲਿੱਪ ਸਿਰਕ ਚੀਜ਼ ਦਾ ਜਿਹੜਾ ਵੀ ਹੋਊਗਾ ਕਵਰ ਸਮੇਤ ਦਵਾਂਗੇ ਪੂਰੀ ਏ ਕਲਾਸ ਚੀਜ਼ ਹੋਊਗੀ ਜੀ ਜੀ ਠੀਕ ਹੈ ਦੂਸਰੀ ਗੱਲ ਕੀ ਹੈ ਵੀਰੇ ਕਈ ਵਾਰ ਕੀ ਕਰਦੇ ਨੇ ਦੁਕਾਨਦਾਰ ਬਚਿਆ ਕੁਚਿਆ ਪੁਰਾਣਾ ਮਾਲ ਦੇ ਜਾਂਦੇ ਨੇ ਹੋਰ ਦੇ ਜਾਂਦੇ ਨੇ ਠੀਕ ਹੈ ਜੀ ਸਾਰਾ ਸਟੋਕ ਫਰੈਸ਼ ਸਟੋਕ ਦਵਾਂਗੇ ਏ ਕਲਾਸ ਚੀਜ਼ ਦਵਾਂਗੇ ਜੀ ਠੀਕ ਹੈ ਜੀ ਲੈਮਨ ਸੈੱਟ ਲੈਣਾ ਹੈਗਾ ਕਈ ਵਾਰ ਜੀ ਠੀਕ ਹੈ ਜੀ ਇਹਦੇ ਨਾਲ 6 ਗਲਾਸ ਨਾਲ ਜੱਗ ਸਰ ਇੱਕ ਸਾਡੇ ਕੋਲ ਆ ਗਏ 6 ਬਾਊਲ ਨੇ ਇਹ ਵੀ ਵਿੱਚ ਨਾਲ ਕੋਈ ਡਰਾਈ ਫਰੂਟ ਪਾਣਾ ਹੈ ਕਈ ਵਾਰ ਕੋਈ ਗੁਲਾਬ ਜਾਮਣਾ ਪਾਣੀ ਹਨ ਮੇਰੇ ਦਿਵਾਲੀ ਦਾ ਤਿਹਾਰ ਆ ਗਿਆ
ਬਲੈਕ ਕਲਰ ਦੇ ਵਿੱਚ 6 ਬਾਊ ਲਾ ਕੇ 99 ਦੇ ਵਿੱਚ ਆ ਗਏ ਜੀ। ਠੀਕ ਹੈ ਜੀ। ਔਰ ਇੱਕ ਚੀਜ਼ ਹੋਰ ਦੱਸਦਾ, ਕਈ ਵਾਰ ਕਿਸੇ ਨੇ ਜਿੰਨੇ ਮਰਜ਼ੀ ਗਿਫਟ ਲੈਣਾ, ਕਿਸੇ ਨੇ 100 ਲੈਣਾ, 200 ਲੈਣਾ, 300 ਲੈਣਾ, 500 ਲੈਣਾ, ਉਹ ਅਸੀਂ ਦੇਵਾਂਗੇ ਜੀ। ਠੀਕ ਹੈ ਜੀ। ਆ ਜਾਓ ਜੀ। ਇੱਕ ਤਾਂ ਦੇਖੋ ਜੀ, 4 ਕੱਪ ਹੋ ਗਏ ਵੀਰੇ, ਨਾਲ ਟ੍ਰੇ ਹੋ ਗਈ। ਇਹ ਬਲੈਕ ਬਿਊਟੀ ਕਹਿੰਦਾ, ਬਲੈਕ ਬਿਊਟੀ। ਹਾਂਜੀ ਸਰ, ਹਾਂਜੀ। ਚੀਜ਼ਾਂ ਮੰਗਾਈਆਂ ਨੇ ਤੇਰੇ ਭਰਾ ਨੇ। ਵਾਹ ਜੀ ਵਾਹ। 99 ਤੇ ਦੇਵਾਂਗੇ ਜੀ। 4 ਕੱਪ ਆ ਗਏ ਜੀ। ਸਰ ਸਾਰਾ ਕੁਝ ਬਲੈਕ ਚ ਦਿਖਾਈ ਉਹਨੇ, ਬਲੈਕ ਦੀ ਚੁਆਇਸ ਕਸਟਮਰ ਦੀ ਬਹੁਤ ਹੈ ਸਰ। ਪਤਾ ਕੀ ਹੈ ਜੀ, ਕਹਿੰਦੇ ਨਹੀਂ, ਕਹਿੰਦੇ ਬਲੈਕ ਬਿਊਟੀ ਹੋਣੀ ਚਾਹੀਦੀ ਆ ਜੀ ਸਰ। ਇਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਮੋਸਟਲੀ ਬਲੈਕ ਹੀ ਲੈ ਕੇ ਆਇਆ। ਮੈਂ ਬਲੈਕ ਹੀ ਦਿਖਾਵਾਂਗੇ ਕਸਟਮਰ ਨੂੰ। ਠੀਕ ਹੈ ਜੀ। ਇਹ ਵੀ 99 ਦੇ ਵਿੱਚ ਦਵਾਂਗੇ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਵੀਰੇ, ਕੋਈ ਆਈ ਨਹੀਂ ਹੈਗਾ ਵੀ ਵੀ ਵੈਸੀ ਪੈਕਿੰਗ ਕਰਕੇ ਮੂਰੇ ਧਰੇ ਹੋਏ ਨੇਗੇ, ਪੂਰੀ ਇੱਕ ਨੰਬਰ ਦੀ ਪੈਕਿੰਗ ਹੋਗੀ ਦੇਖੋ। ਅੱਛਾ ਜੀ, ਨਵੀਂ ਆਈਟਮ। ਹਾਂ ਜੀ, ਨਵੀਂ ਆਈਟਮ। ਮੈਂ ਤੁਹਾਨੂੰ ਫੇਰ ਉਹੀ ਗੱਲ ਕਹੂੰਗਾ, ਕਿਸੇ ਤੋਂ ਨਹੀਂ ਮਿਲਦੀ ਵੀਰੇ, ਇਹ ਆਪਾਂ ਹੀ ਦਵਾਂਗੇ ਜੀ। ਅੱਗੇ ਹੋਰ ਤੁਹਾਨੂੰ ਹੋਰ ਆਈਟਮ ਦਿਖਾਉਣਾ, ਮੇਰੇ ਕੋਲ ਵਾਧੂ ਕੁਝ ਆ ਗਿਆ ਜੀ। ਆਹ ਦੇਖੋ, 99 ਦੇ ਵਿੱਚ ਦਵਾਂਗੇ ਜੀ। 7 ਬਾਊ ਨੇ, 8ਵਾਂ ਇਹ ਟੱਕਣਾ ਗਿਆ ਉੱਪਰ ਲਾਣ ਵਾਸਤੇ। ਸਰ ਸਰ ਕੀ ਕਰੀ ਆ ਰਹੇ ਹੋ ਤੁਸੀਂ? ਇਹ ਵੀਰੇ ਹਜੇ ਤਾਂ ਕੁਝ ਦਿਖਾਇਆ ਹੀ ਨਹੀਂ ਸਰ। ਐਡੇ ਵੱਡੇ ਦੀਵਾਲੀ ਆਫਰ ਕਸ ਦੁਕਾਨ ਦਾ ਰੋਲ ਲੱਗ ਜਾਣੇ ਸਰ ਜੀ। ਤੁਸੀਂ ਗੱਲ ਸਮਝ ਨਹੀਂ, ਹਜੇ ਤਾਂ ਤੁਹਾਨੂੰ ਸਟਾਰਟਿੰਗ ਕੀਤੀ ਆ ਵੀਰੇ ਹਜੇ। ਅੱਛਾ ਜੀ, ਹਲੇ ਸਟਾਰਟਿੰਗ ਹੈ ਵੀਰੇ। 4 ਕੱਪ ਆ ਗਏ, 2 ਕਟੋਰੀਆਂ ਆ ਗਈਆਂ। ਇਹ ਵੀ 99 ਦੇ ਵਿੱਚ ਦਵਾਂਗੇ ਬਲੈਕ ਜੀ। ਠੀਕ ਹੈ। ਇਹ ਕੀ ਹੈ, ਅਸੀਂ ਫੇਰ ਉਹੀ ਗੱਲ ਰਿਪੀਟ ਕਰੂੰਗਾ ਵੀ ਨਕਲੀਆਂ ਤੋਂ ਸਾਵਧਾਨ ਜੀ। ਠੀਕ ਹੈ। ਇਹ ਕੀ ਹੈ, ਸਾਡੇ ਕਾਪੀ ਬਹੁਤ ਕਰਦੇ ਨੇ, ਹੱਥ ਬੰਨ ਕੇ ਬੇਨਤੀ ਹੈ ਵੀ ਕਾਪੀ ਵਾਲਾ ਕੰਮ ਨਾ ਕਰਿਓ ਜੀ। ਪਤਾ ਕੀ ਹੈ, ਸਾਡੇ ਕੋਲ ਹੀ ਮਿਲੂ, ਜਿਹੜੀ ਓਰੀਜਨਲ ਚੀਜ਼ ਹੋਊਗੀ ਉਹ ਸਾਡੇ ਕੋਲ ਹੀ ਮਿਲੂ। ਗ੍ਰਿਲ ਪੁਆਇੰਟ ਕਹਿ ਦਿੰਦੇ ਨੇ, ਇਹ ਵੀ ਗਿਫਟ ਵਾਲੀ ਆਈਟਮ ਆ ਗਈ ਵੀਰੇ ਜੀ। ਠੀਕ ਹੈ ਜੀ। ਹੁਣ ਜਿਵੇਂ ਤੁਸੀਂ ਪੈਕਿੰਗ ਦੀ ਗੱਲ ਕਰ ਰਹੇ ਸੀ, ਪੈਕਿੰਗ ਦੇਖੋ ਪੂਰੀ ਜ਼ਬਰਦਸਤ ਹੋ ਗਈ। 4 ਬਾਊਲ ਨੇ, 2 ਪਲੇਟਾਂ ਆ ਗਈਆਂ। ਠੀਕ ਹੈ ਜੀ। 99 ਤੁਹਾਨੂੰ ਕਿਹਾ ਸੀ, ਹਜੇ ਸਟਾਰਟ ਹੋਇਆ ਹਜੇ ਵੀ 99 ਦੇ ਵਿੱਚ 4 ਬਾਊਲ ਨੇ, 4 ਟੱਕਣ ਆ ਗਏ ਉੱਪਰ ਟਕੇ ਟਕਾਈ। ਕਈ ਵਾਰ ਐਂ ਹੁੰਦਾ ਕੋਈ ਚੀਜ਼ ਖਰਾਬ ਨਾ ਹੋ ਜਾਏ, ਸਾਰਿਆਂ ਦਾ ਧਿਆਨ ਰੱਖਣਾ ਪੈਂਦਾ। ਦੋ ਬਾਊਲ ਵੱਡੇ ਹੋ ਗਏ, 6 ਛੋਟੇ ਹੋ ਗਏ। ਕੰਚ ਦਾ ਮਰਤਮਾਨ ਆ ਗਿਆ ਵੀਰੇ। ਜੇ ਤੁਸੀਂ ਮਾਰਕੀਟ 'ਚ ਪਤਾ ਕਰੋਗੇ ਨਾ ਸਰ, ਤੁਹਾਨੂੰ ਇਹ ਸਿੰਗਲ ਪੀਸ 99 ਦਾ ਮਿਲੂਗਾ ਜੀ ਸਰ। ਵੀ 100 ਰੁਪਏ ਦਾ ਲਾ ਲਓ ਤੁਸੀਂ, ਤੁਹਾਨੂੰ ਬਾਜ਼ਾਰ 'ਚ 100 ਰੁਪਏ ਦਾ ਮਿਲੂਗਾ ਜੀ। ਪਰ ਤੁਹਾਡਾ ਭਰਾ ਇਹ ਦੀਵਾਲੀ 'ਤੇ ਕਸਟਮਰ ਵਾਲਾਂ ਵਾਸਤੇ ਗਿਫਟ ਲੈ ਕੇ ਆਇਆ ਜੀ ਸਰ। ਆਪਾਂ 99 ਦੇ ਵਿੱਚ 2 ਦੇਵਾਂਗੇ ਸਰ। 99 'ਚ 2 ਜੀ, ਕੀ ਕਰੀ ਜਾਂਦੇ ਹੋ? 2 ਪੀਸ ਦੇਵਾਂਗੇ ਵੀਰੇ, 2 ਪੀਸ। ਤਾਂ ਤੁਹਾਨੂੰ ਕਿਹਾ ਵੀ 2 ਪੀਸ ਹੀ ਦੇਵਾਂਗੇ ਆਪਾਂ ਸਰ। ਐ ਨਾ ਕਰੋ, ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਇਹ ਤੁਸੀਂ ਕਦੇ ਸੋਚੋ ਵੀ ਕਦੇ ਵੀਰਾ ਚੱਕ ਕੇ ਐਂ ਫੜਾ ਦੂਗਾ, ਹਨਾ? ਆਈ ਗੱਲ ਤੁਸੀਂ ਐਂ ਸੋਚਦੇ ਹੋ ਵੀ ਬਾਈ ਐਂ ਫੜਾ ਦੂਗਾ ਚੱਕ ਕੇ, ਜਮਾ ਗੱਲ ਗਲਤ। ਐਂ ਜਮਾ ਨਹੀਂ ਫੜਾਉਂਦੇ ਹੈਗੇ। ਅੱਛਾ, ਨਾ ਡੱਬਾ ਵੀ ਦੇ ਰਹੇ ਹੋਗੇ? ਡੱਬੇ ਵਿੱਚ ਹੀ ਪਾ ਕੇ ਦਵਾਂਗੇ ਜੀ। ਜਦੋਂ ਮੂਰੇ ਕਿਸੇ ਨੂੰ ਗਿਫਟ ਕਰਾਂਗੇ, ਅਗਲਾ ਕਹਿੰਦਾ ਠੀਕ ਹੈ ਯਾਰ, ਚੀਜ਼ ਦਿੱਤੀ ਹੈ ਜੀ। 99 'ਚ ਦਵਾਂਗੇ। ਪਰ 4 ਬਾਊਲ, 4 ਗਲਾਸ ਆ ਗਏ, 1 ਨਾਲ ਟ੍ਰੇ ਆ ਗਈ ਜੀ, 99 ਦੇ ਵਿੱਚ। ਵਾਓ, ਠੀਕ ਹੈ ਜੀ। ਪੂਰੀ ਸਿਰਾ ਚੀਜ਼ਾਂ ਹੋਣਗੀਆਂ ਬਾਈ, ਸਾਰੇ ਬਰਨਾਲੇ 'ਚ ਕੋਈ ਸੁਣਨੀ ਨਹੀਂ ਆਈਟਮਾਂ ਦਿਖਾ ਦੇ 99 ਦੇ ਵਿੱਚ, ਸਾਡੀ ਦੇਣਦਾਰੀ ਹੋ ਜੀ ਸਰ। ਸਰ ਇਹ ਕਿੰਨੇ ਦੀ ਲੱਗਦੀ ਆਈਟਮ ਮੈਨੂੰ? ਇਹ 200 ਰੁਪਏ ਦੀ। ਉਹ ਸਰ ਤੁਹਾਨੂੰ ਮੈਂ ਕਹੀ ਇੰਨਾ ਜੀ, ਮੈਂ ਸਾਰੀਆਂ ਚੀਜ਼ਾਂ ਹੀ 99 'ਚ ਦਊਂਗਾ ਜੀ। ਅੱਛਾ ਜੀ, ਹੋਰ ਜੀ ਸਰ, ਐਂ ਨਾ ਕਰੋ, ਮਾਰਕੀਟ 'ਚ ਇਹੀ ਚੀਜ਼ 200-250 ਰੁਪਏ ਨਾਲ ਵਿਕਦੀ ਵੀਰੇ। ਅਸੀਂ 99 'ਚ ਹੀ ਦੇਵਾਂਗੇ ਸਾਰੀਆਂ ਤੁਹਾਨੂੰ ਚੀਜ਼ਾਂ, 99 'ਚ ਦੇਵਾਂਗੇ। ਇੱਕ ਚੀਜ਼ ਹੋਰ ਦੇਖੋ, ਇਹਦੇ ਵਿੱਚ ਹੈਗੀਆਂ ਨੇ ਛੋਟੇ 4 ਤੇ 4, 8 ਬਾਊਲ ਛੋਟੇ ਨੇ ਜੀ, 1 ਵੱਡਾ ਹੈਗਾ ਜੀ। 99 ਦੇ ਵਿੱਚ ਦੇਵਾਂਗੇ। ਕੋਈ 4 ਤਾਂ ਬਾਊਲ ਆ ਗਏ, ਹਾਂਜੀ, 5ਵਾਂ ਵੱਡਾ ਆ ਗਿਆ ਜੀ। ਇਹਦੇ ਨਾਲ ਉੱਪਰ ਢੱਕਣ ਆ ਗਿਆ, ਕਈ ਵਾਰ ਕੋਈ ਚੀਜ਼ ਚੱਕ ਗਏ ਪਾਣੀ ਆ ਕਿਸੇ ਤੋਂ। ਅੱਛਾ, ਨਾਲ ਸਪੂਨ ਵੀ ਹੈ। ਮੈਂ ਕਹਿੰਦਾ ਵੀਰੇ 99 'ਚ ਦੇਵਾਂਗੇ। ਯਾ ਠੀਕ ਹੈ ਜੀ। ਦੂਸਰੀ ਗੱਲ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ, ਇਹ ਤੁਸੀਂ ਸੋਚਦੇ ਹੋਗੇ ਵੀ ਸ਼ਾਇਦ ਵੀਰਾ 99 'ਚ ਇੱਕ ਪੀਸ ਦੇ ਕੇ ਤੋੜ ਦੂਗਾ। ਬਿਲਕੁਲ ਜੀ, ਬਿਲਕੁਲ ਠੀਕ ਹੈ, ਬਸ ਠੀਕ ਹੈ ਯਾਰ, ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਵੀਰੇ। ਜੇ ਤੁਸੀਂ ਕਹੋਗੇ ਨਾ ਮੈਨੂੰ 50 ਪੀਸ ਦੇ ਦੇ, ਹੁਣੇ ਤੁਹਾਨੂੰ 50 ਪੀਸ ਮਿਲ ਗਿਆ ਵੀ ਸਾਡੇ ਕੋਲ। ਵਾਹ ਜੀ ਵਾਹ। ਹਾਂਜੀ, ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਵੀ ਇੱਕ ਅੱਧਾ ਪੀਸ ਦੇ ਕੇ ਤੁਹਾਨੂੰ ਕਰਨਾ ਵੀ ਭਾਈ ਹੈ ਨਹੀਂ ਗਾ। ਸਾਡੇ ਕੋਲ ਕੋਈ ਪੁਰਾਣਾ ਮਾਲ ਨਹੀਂ, ਫਰੈਸ਼ ਜੀ। ਹਾਂਜੀ, ਕਿਉਂਕਿ ਇੱਕ ਚੀਜ਼ ਹੋਰ ਹੈ, ਇਹਦੇ ਵੀ ਜਿੰਨੇ ਮਰਜ਼ੀ ਪੀਸ ਲੈ ਲਓ। ਅੱਛਾ, ਇਹ ਵੀ ਗੱਲ ਹੈ। ਹਾਂ, ਜਿੰਨੇ ਮਰਜ਼ੀ ਪੀਸ ਲਓ, ਕੋਈ ਤੁਹਾਨੂੰ ਤਾਂ ਹੀ ਮੈਂ ਕਹੀ ਬਰਨਾਲਾ 99 ਨਹੀਂ ਸਾਂਭੂਗਾ ਸਾਰਿਆਂ ਨੂੰ। ਆਹ ਦੇਖਿਓ ਵੀਰ ਜੀ,
ਚੌੜਾ ਗਲਾਸ ਬਹੁਤ ਪਸੰਦ ਕਰਦੇ ਨੇ ਇਹ 150 ਰੁਪਏ ਰੇਟ ਆ ਮਾਰਕੀਟ ਦਾ ਜੇ ਤੁਸੀਂ ਜਨਰਲ ਪੁੱਛੋਗੇ ਤਾਂ 150 ਰੁਪਏ ਦਾ ਰੇਟ ਆ ਸਰ 150 ਰੁਪਏ ਦਾ ਵੀ ਮਿਲੂਗਾ ਤੁਹਾਨੂੰ ਪਰ ਤੁਹਾਡਾ ਭਰਾ ਇਹਨੂੰ 99 ਦਾ ਦੇਊਗਾ ਜੀ ਠੀਕ ਹੈ 99 ਦਾ ਹੀ ਦੇਊਗਾ ਵਾਹ ਜੀ ਵਾਹ ਠੀਕ ਹੈ ਜੀ ਇੱਕ ਚੀਜ਼ ਸੁਣਨਾ ਹੋਰ ਦੱਸਦਾ ਜਿਹੜੀ ਵੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਵੀ ਭਾਈ ਮੈਂ ਤਾਂ ਵੀਡੀਓ ਸ਼ੇਅਰ ਕਰਕੇ ਆਇਆ ਮੈਨੂੰ ਦੱਸ ਕੀ ਕਹਿਣਾ ਦੀ ਮੇਰੀ ਵੀਡੀਓ ਦੇਖੀ ਆ ਵੀ ਤੇਰੀ ਵੀਡੀਓ ਦੇਖਿਆ ਦੱਸ ਕੀ ਕਹਿਣਾ ਦਾ ਠੀਕ ਹੈ ਸੁਣਨਾ ਇੱਕ ਚੀਜ਼ ਹੋਰ ਦੱਸ ਜਿਵੇਂ ਕਹਿੰਦੇ ਨੇ ਵੀ ਭਾਈ ਤੇਰੀ ਵੀਡੀਓ ਸ਼ੇਅਰ ਕਰਕੇ ਆਇਆ ਦੱਸ ਕੀ ਕਰੀਂ ਆਪਣੀ ਐਂ ਕਹਿੰਦੇ ਨੇ ਭਾਈ ਬਿਲਕੁਲ ਸਰ ਬਿਲਕੁਲ ਮੇਰੇ ਜੇਪੀ ਦਾ ਨਾ ਜੇ ਤੁਸੀਂ ਵਿਆਜ ਪਤਾ ਕਰੋਗੇ ਇਹਦੀ MRP 210 ਰੁਪਏ ਹੈ 200 ਰੁਪਏ ਦੇ ਦੇਈ ਕਸਟਮਰ ਨੂੰ ਉਹੀ ਤਾਂ ਗੱਲ ਹੈ ਜੀ ਆਪਾਂ ਨੂੰ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਹੁਣ ਤਾਂ ਦੇਖੋ ਹੈਗਾ 200 ਰੁਪਏ ਦਾ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ 99 ਦੇ ਦੇਵਾਂਗੇ 100 ਰੁਪਏ ਦੇ ਦੇਵਾਂਗੇ ਸਰ ਕਰ ਕੀ ਰਹੇ ਹੋ ਤੁਸੀਂ ਉਹ ਜੀ ਤੁਸੀਂ ਗੱਲ ਸਰ ਨੌਕਰ ਦੇ ਲਾਈਨ ਲਾਵਗੇ ਸ਼ੇਅਰ ਕਰ ਕਰਕੇ ਕਿਤੇ ਨਹੀਂ ਜੀ ਆਪਾਂ 99 ਦੇ ਹੀ ਦੇਵਾਂਗੇ ਜੀ ਜਿਹੜੀ ਇਹ ਵਾਲੀ ਆਈਟਮ ਹੈ ਇਹ ਦੀਵਾਲੀ ਤੇ ਹਰ ਇੱਕ ਬੰਦਾ ਸਾਫ ਸਫਾਈ ਕਰਦਾ ਅਗਰ ਕਹਿੰਦਾ ਯਾਰ ਅਸੀਂ ਇੰਨੇ ਪੈਸੇ ਬਣ ਨਹੀਂ ਲਾ ਸਕਦੇ ਆਪਾਂ 99 ਦੇ ਵਿੱਚ ਦੇਖੋ ਕਿੱਡੀ ਵੱਡੀ ਆਈਟਮ ਦੇ ਰਹੇ ਹਾਂ ਤੇ ਕੋਲ ਹਨਾ ਮੈਟ ਆਇਆ ਤੁਸੀਂ ਕਹੋਗੇ ਨਹੀਂ ਕਿੰਨੇ ਦਾ ਕਹੋਗੇ ਸਰ 99 ਦਾ ਫਿਰ ਉਹੀ ਗੱਲ ਕਰ ਦਿੰਦੇ ਹਾਂ ਨਾ ਜੀ ਇਹ 99 ਦਾ ਕਿੱਥੋਂ ਮੈਂ ਤੁਸੀਂ ਧਿਆਨ ਨਾਲ ਦੇਖੋ 99 ਦਾ ਲੱਗ ਰਿਹਾ ਤੁਹਾਨੂੰ ਇਹ 200 ਰੁਪਏ ਦਾ ਇਹ ਮੈਟ ਤੁਸੀਂ ਬੇਇੱਜ਼ਤੀ ਕਰਨ ਵਾਲਾ ਕੰਮ ਕਰ ਦਿੰਦੇ ਹੋ ਜੀ ਸਰ ਤੁਸੀਂ ਆਪਣਾ ਲਗਾ ਰਹੇ ਸਾਡੇ ਕੋਲ 99 ਦਾ ਨਹੀਂ ਜੀ ਤੁਸੀਂ 200 ਰੁਪਏ ਵਾਲਾ ਮੈਟ ਤੁਸੀਂ 99 ਦਾ ਕਹੀ ਜਾਂਦੇ ਹੋ ਜੀ ਇਹਨੇ ਕਿਵੇਂ ਹੋਊਗਾ ਜੀ ਹੋਰ ਕਿੰਨੇ ਦਾ ਹੋਊਗਾ ਜੀ ਵੀਰੇ ਇਹ ਆਪਾਂ 99 ਚ 2 ਦਵਾਂਗੇ ਜੀ ਸਰ ਕੀ ਕਰੀ ਜਾ ਰਹੇ ਤੁਸੀਂ 99 ਚ 2 ਜੀ ਓਏ ਆ ਲੋ ਜੀ 99 ਚ 2 ਦੇ ਦਾਂਗੇ ਆ ਚੱਕੂ ਵਾਹ ਜੀ ਵਾਹ 99 ਤੇ 2 ਦਵਾਂਗੇ ਅਸੀਂ ਦਵਾਂਗੇ ਹੋਰ ਕੋਈ ਨਹੀਂ ਦਿੰਦਾ ਇੱਕ ਆ ਦੇਖੋ ਮੈਟ 250 ਰੁਪਏ ਦਾ ਹੀ ਫਿਰ ਉਹੀ ਫਰਕ ਆਣਾ ਜੀ 99 ਚ ਹੀ ਦਵਾਂਗੇ ਆਪਾਂ ਇਹਨੂੰ ਵੀ ਅੱਛਾ ਜੀ ਹਾਂਜੀ 99 ਚ ਹੀ ਦਵਾਂਗੇ ਇੱਕ ਆ ਮੈਟ ਦੇਖੋ ਕਿੰਨੇ ਦਾ ਹੋਊਗਾ ਜੀ 150 ਰੁਪਏ ਦਾ ਹੀ ਅਵੇ ਰੋਹੀ ਨੁਕਸਾਨ ਆ ਜੀ ਤੁਸੀਂ ਐ ਕਰਿਓ 150 ਰੁਪਏ 2 ਦੇਣਾਗੇ ਤੁਹਾਨੂੰ ਸਰ 75 ਦਾ ਪੈ ਗਿਆ 150 ਦੇ 2 ਦਵਾਂਗੇ ਜੀ ਆਪਾਂ ਸਾਡੇ ਕੋਲ ਸੈਲਫ ਤੇ ਪਛਾਣ ਵਾਸਤੇ ਕਵਰ ਜੀ ਮੋੜ ਦੋ ਸਾਰੇ ਕਸਟਮਰ ਸਾਫ ਸਫਾਈ ਕਰਦੇ ਨਹੀਂ ਕਰੇ ਸੈਲਫਾਂ ਦੇ ਕਵਰ ਪਛਾਣਦੇ ਨੇ ਨਾ ਜੀ ਆਪਾਂ ਦਵਾਂਗੇ 100 ਰੁਪਏ ਦਾ 4 ਮੀਟਰ ਔਰ ਇੱਕ ਗੱਲ ਹੋਰ ਹੈ ਜੀ ਨਹੀਂ ਤੇ 4 ਮੀਟਰ ਜੀ ਵੀਰ ਜੀ 20 ਡਿਜ਼ਾਈਨ ਨੇ ਮੇਰੇ ਕੋਲ 20 ਡਿਜ਼ਾਈਨ ਆ ਅੱਛਾ ਜੀ ਹਾਂ ਡਿਜ਼ਾਈਨ ਜੀ ਹਾਂਜੀ ਸਰ ਕੀ ਕਰ ਰਹੇ ਹੋ ਤੁਸੀਂ 20 ਡਿਜ਼ਾਈਨ ਕਹਿ ਰਹੇ ਹੋਗੇ ਸਰ 2 ਡਿਜ਼ਾਈਨ ਫੜ ਜੋ ਜੀ ਫਿਰ ਕੀ ਹੋ ਗਿਆ ਵੀਰੇ ਦੇ ਦਾਂਗੇ ਕਿੱਡੀ ਗੱਲ ਹੈ ਯਾਰ ਤਿੰਨ ਡਿਜ਼ਾਈਨ ਇੰਨੇ ਦਾ ਵੀਡੀਓ ਚ ਤਾਂ ਆਣੀ ਨਹੀਂ ਚਲ ਜਿੰਨੇ ਹੁੰਦੇ ਨੇ ਮੈਂ ਉਹਨੇ ਦਿਖਾ ਦੇਣਾ ਤੁਹਾਨੂੰ ਮੈਂ ਬਾਈ ਵੀਡੀਓ ਤਾਂ ਜਿੰਨਾ ਮਰਜ਼ੀ ਦਿਖਾ ਦਿਓ ਸਰ ਨਾਲ ਉਹ ਜੀ ਤੁਸੀਂ ਗੱਲ ਸਮਝੇ ਨਹੀਂ ਆ ਦੇਖੋ ਜੀ ਤੁਹਾਡੇ ਕੋਲ ਤਾਂ ਵੱਧੂ ਹੈ ਤੁਸੀਂ ਮੈਂ ਇੱਕ ਗੱਲ ਫੇਰ ਤੁਹਾਨੂੰ ਕਹੂੰਗਾ ਵੀ ਇੱਕ ਵਾਰੀ ਸਾਡੀ ਸਟੋਰ ਤੇ ਜਰੂਰ ਵਿਜ਼ਿਟ ਕਰਕੇ ਦੇਖੋ ਜੀ ਤੁਹਾਨੂੰ ਮਜ਼ਾ ਆ ਜਾਊਗਾ ਦੇਖ ਕੇ ਚੀਜ਼ਾਂ ਵੀ ਕੀ ਬਾਤ ਨੇ ਜੀ ਸਾਡੇ ਕੋਲ ਸਾਰੀਆਂ ਚੀਜ਼ਾਂ 99 ਚ ਦਵਾਂਗੇ ਇੱਕ ਵੀਰੇ ਸਾਡੀ ਰਿਕੁਐਸਟ ਹੈ ਇੰਗਲਿਸ਼ ਚ ਕਹਿੰਦੇ ਹੰਬਲਡ ਰਿਕੁਐਸਟ ਹੈ ਸਾਡੀ ਵੀ ਕੋਈ ਵੀ ਕਸਟਮਰ ਜਿਵੇਂ ਬਾਹਰੋਂ ਆਉਂਦਾ ਹੈਗਾ ਵੀਰੇ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਕੀ ਆਉਂਦੀ ਹੈ ਵੀ ਜਿਵੇਂ ਕਸਟਮਰ ਨੇ ਸਮਾਨ ਲੈ ਲਿਆ ਜਿਵੇਂ ਕਿਸੇ ਨੇ 3000 ਦਾ ਲੈ ਲਿਆ 4000 ਦਾ ਲੈ ਲਿਆ ਹੱਥ ਬੰਨ ਕੇ ਬੇਨਤੀ ਹੈ ਜੀ ਸਾਡੇ ਰੇਟ ਨੇ ਜਿਹੜੇ ਵੀਰੇ ਉਹ 99 ਚ ਹੀ ਹੈ ਦੱਸਿਆ ਤੁਹਾਨੂੰ ਮੈਂ ਜਿੰਨੀਆਂ ਵੀ ਚਲੋ ਆਈਟਮਾਂ ਦੱਸੀਆਂ ਨੇ ਸਾਰੀਆਂ ਕਰੈਕਟ ਦੱਸੀਆਂ ਨੇ ਵੀ ਆਹ ਚੀਜ਼ਾਂ ਇੰਨੀਆਂ ਦੀਆਂ ਮਿਲਣਗੀਆਂ ਠੀਕ ਹੈ ਕਸਟਮਰ ਕੀ ਕਰਦਾ ਜੀ ਜਿਵੇਂ 3000 ਦਾ ਸਮਾਨ ਲੈ ਲਿਆ ਵੀ ਵੀਰੇ ਅਸੀਂ ਦੂਰੋਂ ਆਏ ਹਾਂ 2500 ਲੈ ਲਾ 2500 ਲੈ ਲਾ ਵੀ ਹੱਥ ਬੰਨ ਕੇ ਬੇਨਤੀ ਹੈ ਜੀ ਸਾਡੇ ਜਿਹੜੇ ਸੌਦੇ 'ਚ ਅਸੀਂ ਸਿਰਫ 5-5 ਰੁਪਏ ਦੇ 2-2 ਰੁਪਏ ਦੇ ਕੰਮ ਕਰਦੇ ਕੋਈ ਬਾਹਲਾ ਲੰਬਾ ਚੌੜਾ ਪ੍ਰੋਜੈਕਟ ਨਹੀਂ ਹੈਗਾ ਹੱਥ ਬੰਨ ਕੇ ਬੇਨਤੀ ਹੈ ਜੀ ਵੀ ਰੇਟ ਨਾ ਘਟਾਓ ਸਾਡੇ ਕੋਲ ਆ ਕੇ ਜੀ ਫਿਕਸ ਰੇਟ ਨੇ ਆਪਣੇ ਕਹਿਣ ਨਾਲ ਕੋਈ ਗੱਲ ਆਇਆ ਨਾ ਕਿ ਵੀ ਮੈਂ ਡਿਸਕਾਊਂਟ ਕਰੂੰ ਉਹ ਤਾਂ ਅਸੀਂ ਇਹ ਚੀਜ਼ ਨਹੀਂ ਜਾਣਦੇ ਹਾਂਜੀ ਹਾਂਜੀ ਤੇ ਦੂਸਰੀ ਗੱਲ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਠੀਕ ਹੈ ਗੱਡਾ ਖਾਨਾ ਚੌਂਕ 'ਚ ਜਦੋਂ ਆਉਂਗੇ ਸਾਰ ਨਾਲ ਵੱਡਾ ਸ਼ੈੱਡ ਸਾਡੀ ਪਿਆ ਹੋਇਆ ਹੈਗਾ ਹੋਰ ਕਿਸੇ ਦੇ ਸ਼ੈੱਡ ਨਹੀਂ ਪਿਆ ਹੋਇਆ ਵੱਡਾ ਸੁੱਚਾ ਸ਼ੈੱਡ ਠੀਕ ਹੈ ਜੀ ਆਈ ਲਵ ਬਰਨਾਲਾ 99 ਆਪਣੇ ਬਾਹਰ ਬੋਰਡ ਲੱਗਿਆ ਹੋਇਆ ਪਰ 36 ਵਾਲੀ ਸਾਡੀ ਦੁਕਾਨ ਹੈ ਜੀ ਠੀਕ ਹੈ ਨਕਲੀਆਂ ਤੋਂ ਸਾਵਧਾਨ ਇਹ ਕੀ ਹੈ ਜੀ ਲੋਕ ਸਾਡੀਆਂ ਕਾਪੀਆਂ ਬਹੁਤ ਕਰਦੇ ਨੇ ਮੈਂ ਤੁਹਾਨੂੰ ਫੇਰ ਕਹੂੰਗਾ ਵੀ ਸਾਡੇ ਨਕਲੀਆਂ ਤੋਂ ਸਾਵਧਾਨ ਠੀਕ ਹੈ ਸਾਡੀ ਬ੍ਰਾਂਚ ਬਰਨਾਲਾ 99 ਸਿਰਫ ਇੱਕੋ ਹੀ ਹੈ ਵੀਰੇ ਠੀਕ ਹੈ ਬੱਸ ਸਟੈਂਡ ਤੋਂ ਸਿੱਧਾ ਆਉਂਗੇ ਬਾਲਮੀਕੀ ਚੌਂਕ ਤੋਂ ਅੱਗੇ ਆਉਂਗੇ ਅਗਰਸੈਨ ਚੌਂਕ ਇਹਨੂੰ ਅਗਰਸੈਨ ਚੌਂਕ ਵੀ ਕਹਿੰਦੇ ਨੇ ਗੱਡਾ ਖਾਨਾ ਚੌਂਕ ਵੀ ਕਹਿੰਦੇ ਨੇ ਹਾਂਜੀ ਹਾਂਜੀ ਵੀਰੇ ਠੀਕ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਜਾਇਓ ਸਰ ਇੱਕ ਵਾਰ ਕੰਟੈਕਟ ਨੰਬਰ ਦੇ ਦਿਓ ਹਾਂਜੀ ਹਾਂਜੀ ਕੰਟੈਕਟ ਨੰਬਰ ਦੇ ਦੇਣਾ ਜੀ 97812-2019 97812-2019 97813-2019 97813-2019 ਆਪਣੀ ਸ਼ੋਪ ਦੀ ਟਾਈਮਿੰਗ ਹੈਗੀ 6:30 ਵਜੇ ਤੋਂ ਲੈ ਕੇ 10:30 ਵਜੇ ਤੱਕ ਹੁੰਦੇ ਜੀ ਰਾਤ ਦੀ ਹਾਂਜੀ ਸਰ ਸੱਦਿਆ ਵੀ ਟਾਈਮ ਹੈ ਜੀ ਜਿੰਨੇ ਤੱਕ ਸਾਹ ਰਹਿਣਗੇ ਜੀ ਅਸੀਂ ਖੋਲਾਂਗੇ ਜੀ ਮੇਰਾ ਪੰਜਾਬ ਚੈਨਲ ਨੂੰ ਜ਼ਰੂਰ ਲਾਈਕ ਕਰੋ